ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ? ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਤਾਂ ਸੋਹਣੇ, ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਭਾਈ ਕਰੰਟ ਅਫੇਅਰਾਂ ਦਾ ਅਗਲਾ ਲੈਕਚਰ। ਇਸ ਲੈਕਚਰ ਦੇ ਵਿੱਚ ਅੱਜ ਆਪਾਂ 4 ਦਿਨਾਂ ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਕਵਰ ਕਰਾਂਗੇ, ਠੀਕ ਹੈ ਜੀ? ਇਹਦੇ ਵਿੱਚ 15, 16, 17, 18 4 ਦਿਨਾਂ ਦੇ ਰਾਜੇ ਇਹਦੇ 'ਚ ਕਰੰਟ ਅਫੇਅਰ ਹੈਗੇ, ਜਿਹੜਾ ਆਪਣੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ। ਦੇਖੋ ਰਾਜੇ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾਗਾ, ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਵੀਡੀਓ ਕਲਰਕ, ਆਪਣਾ ਕਲਰਕ ਹੋ ਗਿਆ, ਵੀਡੀਓ ਪਟਵਾਰੀ ਅਤੇ ਗਰੁੱਪ ਡੀ ਜਿਹਦੇ ਵਿੱਚ ਆ ਜਾਂਦਾ ਆਲ ਐਗਜ਼ਾਮ ਵਾਲਾ ਬੈਚ ਲੈ ਸਕਦੇ ਆ, ਤਾਂ ਰਾਜੇ ਇਹ ਬੈਚ ਨੇ ਤਿਆਰੀ ਕਰਨਾ ਚਾਹੁੰਦੇ ਹੋ ਰਾਜੇ, ਇਹਦੀ ਤਿਆਰੀ ਤੁਹਾਨੂੰ ਇੰਗਲਿਸ਼ ਅਤੇ ਪੰਜਾਬੀ ਦੋਨਾਂ ਦੇ ਵਿੱਚ ਕਰਵਾਉਣੇ ਆ, ਆਪਾਂ ਸਾਰੀਆਂ ਕਲਾਸਾਂ 0 ਲੈਵਲ ਤੋਂ ਕਰਵਾਉਣੇ ਆ ਇੰਗਲਿਸ਼ ਅਤੇ ਮੈਥ। ਤੁਹਾਨੂੰ ਪਤਾ ਆਪਣੇ ਪੜ੍ਹਾਉਣ ਦਾ ਤਰੀਕਾ ਰਾਜੇ, ਇੰਨੇ ਵਧੀਆ ਟ੍ਰਿਕਸ ਨਾਲ ਤੁਹਾਨੂੰ ਮੈਥ ਕਰਵਾਇਆ ਜਾਂਦਾ, ਜਿਹੜੇ ਬੱਚੇ ਨੇ ਰਾਜੇ ਕਦੇ ਮੈਥ ਨੂੰ ਹੱਥ ਵੀ ਨਹੀਂ ਲਾਇਆ ਸੀ, ਉਹ ਬੱਚੇ ਵੀ ਰਾਜੇ ਮੈਥ ਦੇ ਵਿੱਚ ਪਰਫੈਕਟ ਹੋ ਚੁੱਕੇ ਆ, ਅਤੇ ਇੰਗਲਿਸ਼ ਵੀ ਤੁਹਾਨੂੰ ਰਾਜੇ ਉਸੇ ਤਰੀਕੇ ਨਾਲ ਹੀ ਕਰਵਾਵਾਂਗੇ। ਤਾਂ 1 ਤੋਂ 2 ਅਪ੍ਰੈਲ ਤੋਂ ਤੁਹਾਡੇ ਇੰਗਲਿਸ਼ ਦੇ ਲੈਕਚਰ ਵੀ ਜਲਦੀ ਹੀ ਤੁਹਾਡੇ ਸਟਾਰਟ ਹੋ ਜਾਣਗੇ, ਕਿਉਂਕਿ ਆਪਾਂ ਬੜਾ ਲੰਬਾ ਟਾਈਮ ਨਹੀਂ ਟਪਾਉਣਾ। ਹੁਣ ਮੈਨੂੰ ਇਹ ਕਿ ਇੱਕ ਵਾਰੀ ਜਿਹੜਾ ਬੈਚ ਦੇ ਵਿੱਚ ਚੀਜ਼ਾਂ ਦੀ ਚੰਗੀ ਤਰ੍ਹਾਂ ਤੁਸੀਂ ਰਿਵੀਜ਼ਨ ਕਰ ਲਓ। ਇਹ ਸਾਰਾ ਕੁਝ ਰਾਜੇ ਤੁਸੀਂ ਐਪ ਡਾਊਨਲੋਡ ਕਰ ਲੈਣੇ, ਦੀਪੂਲ ਐਜੂਕੇਸ਼ਨ ਰਾ, ਜਿੰਨਾ ਬੱਚਿਆਂ ਕੋਲ ਆਈਫੋਨ ਆ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਆ ਕਲਾਸ ਪਲੱਸ। ਕਲਾਸ ਪਲੱਸ ਇੱਕ ਕੋਡ ਵੀ ਫਿਲ ਕਰਨਾ ਹੁੰਦਾ, ਡਬਲ ਐਕਸ ਰੈਮ। ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋ ਰਹੀ ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਠੀਕ ਹੈ ਜੀ? ਦੇਖੋ ਰਾਜੇ, ਇਹ ਬੈਚ ਦੇ ਵਿੱਚ ਤੁਹਾਨੂੰ ਸਾਰੇ ਲੈਕਚਰ ਮਿਲਣਗੇ ਇੰਗਲਿਸ਼ ਪੰਜਾਬੀ। ਤੁਹਾਨੂੰ ਪਤਾ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰਫ ਇਹਦੀ 5% ਫੀਸ ਹੈ, ਜਲਦੀ ਜਲਦੀ ਤੁਸੀਂ ਜੁਆਇਨ ਕਰ ਸਕਦੇ ਹੋ ਰਾਜੇ। ਚਲੋ ਅੱਜ ਦੇ ਚੱਲਦੇ ਆਪਾਂ ਪਹਿਲੇ ਪ੍ਰਸ਼ਨ 'ਤੇ, ਕਰੰਟ ਅਫੇਅਰਾਂ ਦੇ 'ਤੇ। ਹੁਣ ਜੀ, ਜਿਹੜੇ ਮੈਂ ਤੁਹਾਨੂੰ ਕਰੰਟ ਅਫੇਅਰ ਕਰਵਾਊਂਗਾ, ਕਿਸੇ ਵੀ ਬੱਚੇ ਨੇ ਇਹ ਨਹੀਂ ਸੋਚਣਾ ਕਿ ਆਹ ਅਸੀਂ ਸਕਿੱਪ ਕਰ ਦਈਏ, ਫਲਾਨਾ ਕਰ ਦਈਏ, ਧਮਕਾ ਕਰ ਦਈਏ। ਇੱਕ ਤਾਂ ਤੁਹਾਨੂੰ ਕਰੰਟ ਅਫੇਅਰ ਮੈਂ ਪਹਿਲੀ ਪੂਰੇ ਪੂਰੀ ਲੈ ਕੇ ਆਉਣਾ ਹੁੰਦਾ ਕਿ ਜਿਹੜਾ ਤੁਹਾਨੂੰ ਪੇਪਰ ਦੇ ਵਿੱਚ ਰਿਜ਼ਲਟ ਮਿਲੇ, ਠੀਕ ਹੈ? ਇਹ ਨਹੀਂ ਹੈਗਾ ਕਿ ਉਹ ਇੱਕ ਤਾਰ 'ਤੇ ਤੁਹਾਡੇ ਅੱਗੇ ਕਰੰਟ ਅਫੇਅਰ ਐਂ ਕਰਤਾ, ਉਹ ਚੀਜ਼ ਨਹੀਂ ਹੈਗੀ, ਠੀਕ ਹੈ ਜੀ? ਚਲੋ ਹੁਣ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ। ਕਹਿੰਦੇ, ਦੱਖਣੀ ਭਾਰਤ ਦੇ ਕਿਸ ਰਾਜ ਵਿੱਚ ਇੱਕ ਨਵੀਂ ਬਿਮਾਰੀ ਜਿਹਦਾ ਨਾਮ ਕੀ ਹੈ ਜੀ? ਲਾਈਮ ਡਿਸੀਜ਼। ਜਿਹੜੀ ਬਿਮਾਰੀ ਦਾ ਕੀ ਨਾਮ ਹੈ ਸੁਣਿਓ, ਲਾਈਮ ਡਿਸੀਜ਼ ਨਾਂ ਦੀ ਬਿਮਾਰੀ ਹੈ। ਇਹਦਾ ਪਹਿਲਾ ਕੇਸ ਸਾਹਮਣੇ ਆਇਆ ਹੈਗਾ ਦੱਖਣੀ ਭਾਰਤ ਦਾ, ਆਪਣਾ ਤਾਂ ਦੱਖਣੀ ਭਾਰਤ ਵੀ ਕਹਿ ਸਕਦੇ ਜੇ, ਆਪਣਾ ਭਾਰਤ ਦਾ ਕਿਹੜਾ ਉਹ ਰਾਜ ਹੈਗਾ ਜਿਹਦੇ ਵਿੱਚ ਲਾਈਮ ਡਿਸੀਜ਼ ਨਾਂ ਦੀ ਬਿਮਾਰੀ ਆਪਾਂ ਨੂੰ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ, ਪਹਿਲਾ ਕੇਸ ਇਹਦਾ ਸਾਹਮਣੇ ਆਇਆ ਹੈਗਾ, ਠੀਕ ਹੈ ਜੀ? ਤਾਂ ਇਹਦੇ ਬਾਰੇ ਡਿਸਕਸ਼ਨ ਕਰਾਂਗੇ। ਇਹ ਜਿਹੇ ਪ੍ਰਸ਼ਨ ਤੁਹਾਨੂੰ ਪੇਪਰ ਵਿੱਚ ਦੇਖਣ ਨੂੰ ਮਿਲਣਗੇ, ਚਾਹੇ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇਣਾ। ਤਾਂ ਇਹਦਾ ਆਂਸਰ ਹੈਗਾ ਜੀ ਕੇਰਲਾ। ਕੇਰਲਾ ਰਾਜ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੀ ਹੈ, ਲਾਈਮ ਡਿਸੀਜ਼। ਹੁਣ ਦੇਖੀਏ ਲਾਈਮ ਡਿਸੀਜ਼ ਦਾ ਕਾਰਨ ਕੀ ਹੈਗਾ। ਦੇਖੋ ਜੀ, ਇਹਦੇ ਨਾਲ ਕੀ ਹੋ ਜਾਂਦਾ, ਇਹਦੇ ਜਦੋਂ ਕਿਸੇ ਨੂੰ ਲਾਈਮ ਡਿਸੀਜ਼ ਨਾਂ ਦੀ ਸਿਮਟਮ ਕੀ ਹੈ ਇਹਦੇ, ਠੀਕ ਹੈ ਜੀ? ਸਿਮਟਮ ਕੀ ਹੈ, ਦੇਖੋ ਤੁਹਾਨੂੰ ਆਹ ਮੱਕੜੀ ਵਰਗੀ ਚੀਜ਼ ਦਿਖਾਈ ਦੇ ਰਹੀ ਹੈ ਇੱਕ। ਇਹਦੇ ਨਾਲ ਕੀ ਹੋ ਜਾਂਦਾ, ਜਦੋਂ ਕਿਸੇ ਨੂੰ ਰਾਜੇ ਇਹ ਬਿਮਾਰੀ ਹੋ ਗਈ ਇਹਦੇ ਕੱਟਾਂ ਦੇ ਨਾਲ, ਠੀਕ ਹੈ ਜੀ, ਇੱਕ ਤਾਂ ਬੰਦੇ ਨੂੰ ਬੁਖਾਰ ਚੜ੍ਹਨ ਲੱਗ ਜਾਂਦਾ ਹੈਗਾ, ਠੀਕ ਹੈ ਜੀ? ਇੱਕ ਬੰਦੇ ਨੂੰ ਚੱਕਰ ਜਿਉਣ ਲੱਗ ਜਾਂਦੇ ਆ, ਇੱਕ ਮਤਲਬ ਸਿਰ ਦੁਖਣ ਲੱਗ ਜਾਂਦਾ ਹੈਗਾ, ਇੱਕ ਫੈਟੀ ਗੋਈ ਮਤਲਬ ਤੇਜ਼ਾਬ ਵਾਂਗੂ ਹੋ ਜਾਂਦਾ ਹੈਗਾ, ਠੀਕ ਹੈ ਜੀ? ਮੂੰਹ 'ਤੇ ਫਿਣਸੀਆਂ ਨਿਕਲਣ ਲੱਗ ਜਾਂਦੀਆਂ ਹੈਗੀਆਂ, ਹਾਰਟ ਬੀਟ ਤੇਜ਼ ਹੋ ਜਾਂਦੀ ਹੈ, ਠੀਕ ਹੈ ਜੀ? ਮਤਲਬ ਸਾਰੀ ਪ੍ਰੋਬਲਮ ਆਉਣ ਲੱਗ ਜਾਂਦੀ, ਅਤੇ ਅੱਖਾਂ ਦੀ ਵੀ ਆਉਣ ਲੱਗ ਜਾਂਦੀ ਹੈ, ਠੀਕ ਹੈ ਜੀ? ਇਹ ਸਾਰੀਆਂ ਪ੍ਰੋਬਲਮ ਆਉਣ ਲੱਗ ਜਾਂਦੀਆਂ। ਹੁਣ ਜਿਹੜੇ ਨਾਲ, ਜਿਹੜੇ ਬੈਸਰੇ ਨਾਲ ਇਹ ਲਾਈਮ ਡਿਸੀਜ਼ ਨਾਂ ਦੀ ਬਿਮਾਰੀ ਫੈਲਦੀ ਹੈ, ਇਹ ਫੈਲਦੀ ਹੈ ਜੀ ਬੈਕਟੀਰੀਆ ਦੇ ਨਾਲ, ਠੀਕ ਹੈ ਜੀ? ਅਤੇ ਇਹ ਬੋਰਰੇਲੀਆ ਬਰਗੋਡੋਰ ਫੈਰੀ ਅਤੇ ਬੋਰੇਲੀਆ ਮੋਨੀ ਨਾਮਕ ਬੈਕਟੀਰੀਆ ਦੇ ਕਾਰਨ ਹੁੰਦਾ ਹੈਗਾ। ਬੈਕਟੀਰੀਆ ਦੇ ਨਾਮ ਭਾਵੇਂ ਤੁਸੀਂ ਨਾ ਯਾਦ ਕਰੋ, ਸੋ ਤੁਸੀਂ ਪੁੱਛਿਆ ਜਾ ਸਕਦਾ ਜੀ ਲਾਈਮ ਡਿਸੀਜ਼ ਬਿਮਾਰੀ ਕਿਹਦੇ ਨਾਲ ਫੈਲਦੀ ਹੈ? ਵਾਇਰਸ, ਬੈਕਟੀਰੀਆ, ਪ੍ਰੋਟੋਜੋਆ, ਕਿਹਦੇ ਨਾਲ? ਤਾਂ ਇਹ ਬੈਕਟੀਰੀਆ ਨਾਲ ਫੈਲਣ ਵਾਲੀ ਬਿਮਾਰੀ ਹੈਗੀ, ਠੀਕ ਹੈ ਜੀ? ਚਲੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ। ਕੀ ਕਹਿ ਰਹੇ ਨੇ, ਕਹਿੰਦੇ ਜਿਹੜਾ ਆਪਣਾ ਨੈਸ਼ਨਲ ਵੈਕਸੀਨੇਸ਼ਨ ਡੇ ਹੈਗਾ, ਜਿਹੜੇ ਆਪਾਂ ਤੁਹਾਨੂੰ ਪਤਾ ਵੈਕਸੀਨੇਸ਼ਨ ਟੀਕਾਕਰਨ ਕਹਿ ਦਿੰਦੇ ਆ, ਇਹ ਆਪਾਂ ਹਰ ਸਾਲ 16 ਮਾਰਚ ਨੂੰ ਮਨਾਉਂਦੇ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ ਸੋਣੇ ਆ 16 ਮਾਰਚ ਨੂੰ ਮਨਾਇਆ ਜਾਂਦਾ ਆਪਣਾ ਕਿਹੜਾ ਵੈਕਸੀਨੇਸ਼ਨ ਡੇ,
ਸੋ ਤੁਹਾਨੂੰ ਡਾਇਰੈਕਟ ਇਹ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਕਿ ਜਿਹੜਾ ਵੈਕਸੀਨੇਸ਼ਨ ਡੇ ਹੈਗਾ ਨੈਸ਼ਨਲ, ਉਹ ਆਪਾਂ ਕਿੰਨੀ ਨੂੰ ਕਿਹੜੀ ਤਰੀਕ ਨੂੰ ਮਨਾਇਆ ਹੈਗਾ? ਤੁਸੀਂ ਕਹਿੰਦਾ 16 ਮਾਰਚ ਨੂੰ ਉਹਦਾ ਮਨਾਇਆ। ਕਹਿੰਦੇ ਫਸਟ ਡੋਜ਼ ਆਫ ਦਾ ਵਿੱਚ ਵੈਕਸੀਨ ਇਨ ਦਾ ਕੰਟਰੀ, ਠੀਕ ਹੈ ਜੀ, ਦੇਸ਼ ਵਿੱਚ ਕਿਸੇ ਟੀਕੇ ਦੀ ਪਹਿਲੀ ਖੁਰਾਕ ਦੇ ਕਾਰਨ ਮਨਾਇਆ ਜਾਂਦਾ ਕਿ ਜਿਹੜਾ ਇਹ 16 ਮਾਰਚ ਨੂੰ ਆਪਾਂ ਦਿਨ ਰੱਖਤਾ ਜੀ ਕਿ ਆਪਾਂ ਭਾਈ ਨੈਸ਼ਨਲ ਟੀਕਾਕਰਨ ਦਿਵਸ ਮਨਾਵਾਂਗੇ। ਕਹਿੰਦੇ ਜਿੱਦੇ ਆਪਾਂ ਮਨਾਉਣਾ ਸ਼ੁਰੂ ਕੀਤਾ ਸੀ, ਸਭ ਤੋਂ ਪਹਿਲਾਂ ਆਪਾਂ ਕਿਹੜਾ ਇੰਜੈਕਸ਼ਨ ਲਾਇਆ ਸੀ, ਕਿਹੜਾ ਟੀਕਾ ਲਾਇਆ ਸੀ ਉਹ ਪੁੱਛ ਰਹੇ ਨੇ, ਤਾਂ ਉਦੋਂ ਟੀਕਾ ਲਾਇਆ ਸੀ ਜੀ ਆਪਾਂ ਪੋਲੀਓ ਵੈਕਸੀਨ, ਪੋਲੀਓ ਵੈਕਸੀਨ, ਠੀਕ ਹੈ ਜੀ। ਚਲੋ ਅਤੇ ਥੀਮ ਤਾਂ ਤੁਸੀਂ ਭੁੱਲਣਾ ਨਹੀਂ, ਇਹਦਾ ਬਿਲਕੁਲ ਨਹੀਂ ਭੁੱਲਣਾ, ਥੀਮ ਤੋਂ ਤਾਂ ਪ੍ਰਸ਼ਨ ਬਣਨ ਦੇ ਫੁੱਲ ਚਾਂਸ ਹੈਗੇ ਆ। ਥੀਮ ਕੀ ਹੈ ਇਹਦਾ? ਵੈਕਸੀਨ ਵਰਕ ਫੋਰ ਆਲ, ਠੀਕ ਹੈ ਜੀ, 2024 ਦਾ ਥੀਮ ਹੈ। ਨਹੀਂ ਨਹੀਂ ਹਾਂ, ਇਮੈਨੂਏਸ਼ਨ ਡੇ ਦਾ, ਓਕੇ ਚਲੋ। ਇਸ ਤੋਂ ਬਾਅਦ ਅਗਲਾ, ਹੁਣ ਤੁਹਾਨੂੰ ਪਤਾ ਹੈਗਾ ਆਲ ਇੰਡੀਆ ਚੈੱਸ ਫੈਡਰੇਸ਼ਨ ਹੈ ਜਿਹਨੂੰ ਆਪਾਂ AICF ਕਹਿ ਦਿੰਦੇ ਹਾਂ, ਇਹਨਾਂ ਨੇ ਆਪਦਾ ਪ੍ਰੈਜੀਡੈਂਟ ਲਾਤਾ, ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ, ਇਹਨਾਂ ਨੇ ਆਪਦਾ ਪ੍ਰੈਜੀਡੈਂਟ ਲਾਤਾ। ਕਹਿੰਦੇ ਜਿਹਨਾਂ ਨੇ ਆਪਦਾ ਪ੍ਰੈਜੀਡੈਂਟ ਲਾਇਆ ਕਿਹਨੂੰ ਹੈਗਾ? ਤਾਂ ਇਹਨਾਂ ਨੇ ਲਾਇਆ ਜੀ ਨਿਤਿਨ ਨਾਰੰਗ ਨੂੰ। ਨਿਤਿਨ ਨਾਰੰਗ ਨਹੀਂ ਹੈਗਾ, ਨਿਤਿਨ ਨਾਰੰਗ ਹੈਗਾ, ਠੀਕ ਹੈ ਜੀ। ਇਹਨਾਂ ਨੂੰ ਇਹਨਾਂ ਨੇ ਕੀ ਕਰਿਆ ਹੈਗਾ? ਪ੍ਰੈਜੀਡੈਂਟ ਲਾਤਾ ਆਲ ਇੰਡੀਆ ਚੈੱਸ ਫੈਡਰੇਸ਼ਨ ਦਾ, ਠੀਕ ਹੈ ਜੀ। ਚਲੋ ਹੁਣ ਆਪਾਂ ਫਾਈਟ ਬਾਰੇ ਕੁਝ ਗੱਲਾਂ ਕਰ ਲਈਏ, ਕਿਉਂਕਿ ਇਹ ਚੀਜ਼ਾਂ ਬਹੁਤ ਪੇਪਰ ਦੇ ਵਿੱਚ ਪੁੱਛੀਆਂ ਗਈਆਂ ਜੀ, ਫਾਈਟ ਬਾਰੇ ਵੀ ਬਹੁਤ ਕੁਝ ਪੇਪਰ ਦੇ ਵਿੱਚ ਆਇਆ ਹੈਗਾ। ਜਿਹੜੀ ਇਹ ਚੈੱਸ ਦੇ ਮੁਕਾਬਲੇ ਕਰਵਾਉਂਦੀ ਹੈ, ਇਹਦਾ ਜੇ ਸਟੈਲਵਿਸ਼ ਹੋਈ ਸੀ 1924 ਦੇ ਵਿੱਚ, ਇਹ ਤਾਂ ਭਾਵੇਂ ਤੁਹਾਨੂੰ ਡੇਟ ਕਦੇ ਨਾ ਪੁੱਛੀ ਜਾਏ, ਪਰ ਐਂ ਪੁੱਛਿਆ ਜਾ ਸਕਦਾ ਕਿ ਫਾਈਟ ਦਾ ਹੈੱਡਕੁਆਟਰ ਕਿੱਥੇ ਹੈ। ਇਹ ਸਟੈਲਵਿਸ਼ ਜਦੋਂ ਹੋਈ ਸੀ ਨਾ ਉਦੋਂ ਪੈਰਿਸ ਦੇ ਵਿੱਚ ਹੋਈ ਸੀ, ਠੀਕ ਹੈ ਜੀ, ਪਰ ਇਹਦਾ ਹੈੱਡਕੁਆਟਰ ਕਿੱਥੇ ਹੈ? ਲੋਸੇਨ ਸਵਿਟਜ਼ਰਲੈਂਡ ਦੇ ਵਿੱਚ ਹੈ। ਅਤੇ ਇਹਦਾ ਚੇਅਰਪਰਸਨ ਜ਼ਰੂਰ ਯਾਦ ਕਰ ਲਿਓ, RKD ਚੇਅਰਪਰਸਨ, ਤੁਹਾਨੂੰ 200% ਪੇਪਰ ਵਿੱਚ ਇਹਦਾ ਪੁੱਛਿਆ ਜਾਊਗਾ, ਇਹੀ ਜਾਊਗਾ। ਇਸ ਤੋਂ ਬਾਅਦ ਥੱਲੇ ਚੱਲਦੇ ਹਾਂ ਜੀ। ਕਹਿੰਦੇ ਆਪਣੀ ਇੱਕ IAS ਅਫਸਰ ਹੈਗੀ, ਠੀਕ ਹੈ ਜੀ, IAS ਅਫਸਰ ਹੈ ਜਿਹਦਾ ਨਾਮ ਹੈਗਾ ਨਵਨੀਤ ਸਹਿਗਲ, ਪਹਿਲਾਂ ਵੀ ਕਾਫੀ ਚਰਚਾ ਦੇ ਵਿੱਚ ਰਹੀ ਹੈ। ਇਹਨਾਂ ਨੂੰ ਕਿਸ ਸੰਸਥਾ ਦਾ ਪ੍ਰੈਜੀਡੈਂਟ ਲਾਤਾ? ਕਿਹੜੀ ਸੰਸਥਾ ਦਾ ਇਹਨਾਂ ਨੂੰ ਪ੍ਰੈਜੀਡੈਂਟ ਲਾਤਾ, ਇਹ ਪੁੱਛ ਰਹੇ ਨੇ ਜੀ ਆਪਾਂ ਤੋਂ। ਤਾਂ ਇਹਨਾਂ ਨੂੰ ਲਾਤਾ ਜੀ ਪ੍ਰਸਾਰ ਭਾਰਤੀ ਦਾ, ਪ੍ਰਸਾਰ ਭਾਰਤੀ ਦਾ ਜਿਹੜਾ ਪ੍ਰੈਜੀਡੈਂਟ ਹੈਗਾ ਉਹ ਕਿਹਨੂੰ ਲਾਤਾ? ਨਵਨੀਤ ਸਹਿਗਲ ਨੂੰ ਲਾਤਾ। ਸੋ ਉੱਥੇ ਇਹ ਵੀ ਪੁੱਛਿਆ ਜਾ ਸਕਦਾ ਹੈਗਾ ਕਿ ਪ੍ਰਸਾਰ ਭਾਰਤੀ ਦਾ ਪ੍ਰੈਜੀਡੈਂਟ ਲਗਾਇਆ ਕਿਹਨੂੰ? ਫਿਰ ਤੁਹਾਡਾ ਪ੍ਰਸ਼ਨ ਬਣ ਜੂਗਾ ਨਵਨੀਤ ਸਹਿਗਲ, ਠੀਕ ਹੈ ਜੀ। ਪ੍ਰਸ਼ਨ ਵਾਲਾ ਪੇਪਰ ਕਿਵੇਂ ਮਰਜ਼ੀ ਪਾ ਸਕਦਾ ਹੈਗਾ, ਤਾਂ ਕਰਕੇ ਤੁਸੀਂ ਸਾਰੀਆਂ ਚੀਜ਼ਾਂ ਧਿਆਨ 'ਚ ਲੈ ਕੇ ਚੱਲਣੀਆਂ ਹੁੰਦੀਆਂ ਹੈਗੀਆਂ। ਹੁਣ ਆਹ ਪ੍ਰਸ਼ਨ ਆ ਹੁਣ ਅਗਲਾ, ਇਹਦੇ ਵਿੱਚ ਕੀ ਕਹਿ ਰਹੇ ਨੇ ਦੇਖੋ ਜੀ। ਕਹਿੰਦੇ ਮਾਰਚ 2024 ਦੀ ਰਿਪੋਰਟ ਆਈ ਹੈ ਇੱਕ ਹੁਣ, ਠੀਕ ਹੈ ਜੀ, ਜਿਹਦੇ ਵਿੱਚ ਕੀ ਕਹਿ ਰਹੇ ਨੇ ਨੇਟਡ ਇਨ ਇੱਕ ਮਿੰਟ ਬਿਲਡ ਅੱਛਾ ਅੱਛਾ ਠੀਕ ਹੈ ਠੀਕ ਹੈ ਇਲੀਜੀ ਗੱਲ, ਮੈਨੂੰ ਅੰਗਰੇਜ਼ੀ ਦੇ ਵਿੱਚ ਥੋੜ੍ਹਾ ਹੱਥ ਤੰਗ ਹੈਗਾ, ਠੀਕ ਹੈ ਜੀ, ਇਲੀਗਲ ਅਤੇ ਇਲੀਗਲ ਵਾਈਲਡ ਲਾਈਫ ਟ੍ਰੇਡ। ਇਹਦਾ ਸ਼ਾਰਕ ਸੁਣਿਆ? ਸ਼ਾਰਕ ਇੱਕ ਤਾਂ ਮੱਛੀਆਂ ਹੁੰਦੀਆਂ ਹੈ ਨਾ, ਮੱਛੀਆਂ ਨੂੰ ਖਾ ਜਾਂਦੇ ਉਹ, ਵੱਡੇ ਵੱਡੇ ਸ਼ਾਰਕ ਹੁੰਦੇ ਆਪਾਂ ਵੱਡੇ ਵੱਡੇ ਸਮੁੰਦਰਾਂ 'ਚ ਦੇਖਿਆ ਹੋਣਾ, ਜਿਵੇਂ ਵੇਲ ਮੱਛੀ ਹੁੰਦੀ ਹੈ ਹੈ ਨਾ, ਉਵੇਂ ਜਿਹੇ ਵੱਡੇ ਵੱਡੇ ਸ਼ਾਰਕ ਹੁੰਦੇ ਆ, ਬਹੁਤ ਵੱਡੇ ਵੱਡੇ ਟਣਾਂ ਦੇ ਵਿੱਚ ਉਹਨਾਂ ਦਾ ਵਜ਼ਨ ਹੁੰਦਾ ਗਾ। ਕਹਿੰਦੇ ਆਪਣੇ ਇੰਡੀਆ ਦੀ ਵਿੱਚ ਉਹ ਕਿਹੜੀ ਸਟੇਟ ਹੈ, ਠੀਕ ਹੈ ਜੀ, ਜਿਹੜੀ ਇਲੀਗਲੀ ਤੌਰ 'ਤੇ, ਇਲੀਗਲ ਤੌਰ 'ਤੇ ਮਤਲਬ ਗੈਰ ਕਾਨੂੰਨੀ ਤੌਰ 'ਤੇ ਜਿਹੜੇ ਸ਼ਾਰਕ ਆ ਸੋਹਣੇ ਹੋ ਉਹਨਾਂ ਦੇ ਸਰੀਰ ਦੇ ਅੰਗਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਵਪਾਰ ਕਰਦੀ ਹੈ, ਠੀਕ ਹੈ ਜੀ, ਇਹ ਲਿਖਿਆ ਹੋਇਆ ਹੈਗਾ। ਇਹ ਰਿਪੋਰਟ ਦਾਇਰ ਕੀਤੀ, ਰਿਪੋਰਟ ਦੇ ਵਿੱਚ ਕਿਹੜਾ ਉਹ ਭਾਰਤੀ ਰਾਜ ਜਿੱਥੇ ਸਭ ਤੋਂ ਜ਼ਿਆਦਾ ਸ਼ਾਰਕ ਦੇ ਜਿਹੜੇ ਅੰਗ ਆ ਉਹਨਾਂ ਦਾ ਗੈਰ ਕਾਨੂੰਨੀ ਕੰਮ ਕੀਤਾ ਜਾਂਦਾ ਹੈਗਾ? ਤਾਂ ਇਹ ਸਟੇਟ ਹੈਗੀ ਹੈ ਜੀ ਆਪਣੀ ਤਾਮਿਲਨਾਡੂ, ਠੀਕ ਹੈ। ਚਲੋ ਦੇਖੋ, ਸੋ ਤੋਂ ਡਾਇਰੈਕਟ ਪ੍ਰਸ਼ਨ ਇੱਕ ਤਾਂ ਇਹ ਪੁੱਛਿਆ ਜਾਊਗਾ ਕਿ ਸਾਊਦੀ ਅਰੇਬੀਅਨ ਗ੍ਰੈਂਡ ਪ੍ਰਿਕਸ ਆ ਜਿਹੜੀ ਉਹ ਕਿਹਦੇ ਦੁਆਰਾ ਜਿੱਤੀ ਗਈ ਹੈ? ਤੁਸੀਂ ਕਹਿੰਦਾ ਜੀ ਮੈਕਸ ਦੁਆਰਾ ਇਹ ਜਿੱਤੀ ਗਈ ਹੈ, ਠੀਕ ਹੈ ਜੀ। ਦੂਜਾ ਜਿਹੜਾ ਇਹ ਮੈਕਸ ਆ ਇਹ ਕਿਹੜੀ ਕੰਪਨੀ ਦੀ ਗੱਡੀ ਚਲਾਉਂਦਾ, ਠੀਕ ਹੈ, ਜਿਹੜਾ ਮੈਕਸ ਆ ਕਿਹੜੀ ਕੰਪਨੀ ਇਹ ਚਲਾਉਂਦੀ ਜੀ? ਰੈੱਡ ਬੁੱਲ। ਦੇਖੋ ਪ੍ਰਸ਼ਨ ਇਸ ਤਰ੍ਹਾਂ ਹੀ ਬਣਦੇ ਹੁੰਦੇ ਸੋਹਣੇ। ਹੁਣ ਦੇਖੋ ਇੱਕ ਪ੍ਰਸ਼ਨ ਤੁਹਾਡਾ ਮੈਂ ਇੱਥੇ ਕਵਰ ਕਰਤਾ,
ਦੂਜਾ ਇੱਥੇ ਕੰਮ ਕਵਰ ਕਰਤਾ। ਇੱਕ ਆਪਰੇਸ਼ਨ ਦੇ ਵਿੱਚੋਂ ਤੁਹਾਡੇ ਮੈਂ ਦੋ ਦੋ ਆਪਰੇਸ਼ਨ ਕਰਵਾ ਰਿਹਾ, ਇਹ ਸਮਝਿਆ ਕਰੋ। ਮਤਲਬ ਜੇ ਮੈਂ ਇਹਦੇ ਵਿੱਚ ਵੀਡੀਓ ਦੇ ਵਿੱਚ ਸਾਰੇ ਦੇ ਵਿੱਚ 20 ਆਪਰੇਸ਼ਨ ਹੈਗਾ, ਤਾਂ ਤੁਸੀਂ ਇਹ ਸਮਝ ਕੇ ਚੱਲਿਆ ਕਰੋ ਕਿ ਐਵਰੇਜ ਵੀ ਜੇ ਤੁਸੀਂ ਦੋ ਦੀ ਲਾ ਕੇ ਚੱਲੋ ਤਾਂ ਵੀ 40 ਕਰੰਟ ਫਿਰ ਬਣਦੇ ਆ ਘੱਟੋ ਘੱਟ, ਠੀਕ ਹੈ ਜੀ। ਤਾਂ ਕਰਕੇ ਮੈਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਅਤੇ ਹੌਲੀ ਹੌਲੀ ਕਰਵਾ ਰਿਹਾ ਕਿ ਕੋਈ ਬੱਚੇ ਨੂੰ ਕਿਸੇ ਨੂੰ ਇਹ ਨਾ ਹੋਵੇ ਕਿ ਸਾਨੂੰ ਆਹ ਚੀਜ਼ ਰਹੇਗੀ ਸਾਡੀ। ਹੁਣ ਰਾਜੇ ਕੀ ਕਹਿੰਦੇ, ਰਾਸ਼ਟਰੀ ਚੋਣ ਕਮਿਸ਼ਨ ਨੇ 18ਵੀਂ ਲੋਕ ਸਭਾ ਚੋਣਾਂ ਦਾ ਐਲਾਨ ਕਰਤਾ। ਤੁਹਾਨੂੰ ਪਤਾ, ਸਭ ਤੋਂ ਪਹਿਲਾਂ ਤੁਹਾਨੂੰ ਪ੍ਰਸ਼ਨ ਇਹ ਪੁੱਛਿਆ ਜਾ ਸਕਦਾ ਕਿ ਇਸ ਵਾਰ ਲੋਕ ਸਭਾ ਚੋਣਾਂ 91 ਨੰਬਰ ਦੀਆਂ ਹੋ ਰਹੀਆਂ, ਤੁਸੀਂ ਕਹਿੰਦੇ ਜੀ 18ਵੇਂ ਨੰਬਰ ਦੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਗੀਆਂ, ਇੱਕ ਆਪਰੇਸ਼ਨ ਤਾਂ ਇਹ ਬਣੂੰਗਾ, ਠੀਕ ਹੈ ਜੀ। ਦੂਜਾ ਆਪਰੇਸ਼ਨ ਕੀ ਕਹਿ ਰਹੇ ਨੇ, ਕਹਿੰਦੇ ਵਿੱਚ ਆਰਟੀਕਲ ਆਫ ਇੰਡੀਅਨ ਕੋਨਸਟੀਟਿਊਸ਼ਨ, ਕਹਿੰਦੇ ਆਪਣੇ ਭਾਰਤ ਦੇ ਭਾਰਤੀ ਸੰਵਿਧਾਨ ਦਾ ਉਹ ਕਿਹੜਾ ਆਰਟੀਕਲ ਹੈਗਾ ਜਿਹਦੇ ਅਨੁਸਾਰ ਲੋਕ ਸਭਾ ਦੀ ਮਿਆਦ 5 ਸਾਲ ਲਈ ਨਿਰਧਾਰਿਤ ਕਰਤੀ। ਤੁਹਾਨੂੰ ਪਤਾ ਇੱਕ ਵਾਰੀ 6 ਸਾਲ ਦੀ ਵੀ ਕਰਤੀ ਸੀ ਅਮੈਂਡਮੈਂਟ ਦੇ ਤਹਿਤ, ਫਿਰ ਘਟਾ ਕੇ 5 ਸਾਲ ਦੀ ਕਰਤੀ ਕਿ 5 ਸਾਲ ਆਪਣੇ, ਤੁਹਾਨੂੰ ਪਤਾ ਕਿ 5 ਸਾਲਾਂ ਬਾਅਦ ਆਪਣੇ ਵੋਟਾਂ ਹੁੰਦੀਆਂ ਗੀਆਂ। ਤਾਂ ਇਹ ਕਰੀਏ ਭਾਈ 83 ਆਰਟੀਕਲ 83 ਦੇ ਵਿੱਚ ਭਾਗ ਦੂਜੇ ਦੇ ਵਿੱਚ, ਆਰਟੀਕਲ 83 ਭਾਗ ਦੂਜਾ ਇਸ ਲਈ, ਠੀਕ ਹੈ ਜੀ। ਇਹਦੇ ਵਿੱਚ ਹੋ ਜਾਏ 83-2 ਯਾਦ ਰੱਖਣਾ ਤੁਸੀਂ, ਠੀਕ ਹੈ ਜੀ। ਚਲੋ ਹੁਣ ਆਹ ਆਪਰੇਸ਼ਨ ਵੀ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। UNDP ਦਾ ਮਤਲਬ ਹੈਗਾ ਕਿ ਯੂਨਾਈਟਿਡ ਨੈਸ਼ਨ ਡਿਵਲਪਮੈਂਟ ਪ੍ਰੋਗਰਾਮ, ਠੀਕ ਹੈ ਜੀ। ਇਹ ਰਿਪੋਰਟ ਰਿਲੀਜ਼ ਕੀਤੀ ਗਈ ਇਹਨਾਂ ਨੇ, ਇਹ ਰਿਪੋਰਟ ਰਿਲੀਜ਼ ਕੀਤੀ ਹੈ, ਕਿਹੜੀ ਰਿਪੋਰਟ ਰਿਲੀਜ਼ ਕੀਤੀ, 2022 ਦੀ ਰਿਪੋਰਟ ਰਿਲੀਜ਼ ਕੀਤੀ ਇਹਨਾਂ ਨੇ, ਠੀਕ ਹੈ ਜੀ। ਇਹ ਰਿਪੋਰਟ ਹੈ ਜਿਹੜੀ ਹੈਗੀ ਹੈ ਜੈਂਡਰ ਇਨਕੁਐਲਿਟੀ ਇੰਡੈਕਸ, ਠੀਕ ਹੈ ਜੀ। ਲਿੰਗ ਅਸਮਾਨਤਾ ਸੂਚਕ 2022 ਦੇ ਵਿੱਚ ਭਾਰਤ ਦਾ ਦਰਜਾ ਕੀ ਰਿਹਾ, ਇਹਦੇ ਵਿੱਚ ਰਾਜੇ ਕੀ ਕਰਿਆ ਜਾਂਦਾ ਹੈਗਾ, ਜੈਂਡਰ ਇਕੁਐਲਿਟੀ ਦੇਖੀ ਜਾਂਦੀ ਹੈ ਕਿ ਕਿਹੜਾ ਕੋਈ ਕਿਸੇ ਕਿਸ ਖੇਤਰ ਦੇ ਵਿੱਚ ਕੋਈ ਕਿੰਨਾ ਜ਼ਿਆਦਾ ਕੰਮ ਕਰ ਰਿਹਾ ਮਰਦ ਅਤੇ ਔਰਤਾਂ ਦੇ ਵਿੱਚ, ਇਹ ਚੀਜ਼ ਦੇਖੀ ਜਾਂਦੀ ਜੈਂਡਰ ਇਕੁਐਲਿਟੀ, ਠੀਕ ਹੈ ਜੀ। ਤਾਂ ਇਹਦੇ ਕਹਿੰਦੇ ਭਾਰਤ ਦਾ ਰੈਂਕ ਕੀ ਸੀ ਇਹਦੇ ਵਿੱਚ, ਤਾਂ ਇਹਦੇ ਵਿੱਚ ਭਾਰਤ ਦਾ ਰੈਂਕ ਹੈਗਾ ਜੀ 2022 ਦੇ ਅਨੁਸਾਰ 108ਵਾਂ ਰੈਂਕ ਹੈਗਾ, ਠੀਕ ਹੈ ਜੀ। ਆਹ ਦੇਖੋ ਜੀ, ਹੁਣ ਆਹ ਚੀਜ਼ਾਂ ਆਪਣੇ ਕੰਮ ਦੀਆਂ, ਕਾਫੀ ਧਿਆਨ ਨਾਲ ਦੇਖਣਾ ਗਾ, ਆਹ ਚੀਜ਼ ਅਲੱਗ ਹੈ, ਨਹੀਂ ਨਹੀਂ ਠੀਕ ਹੈ। ਜਿਹੜਾ ਜੈਂਡਰ ਇਨਕੁਐਲਿਟੀ ਇੰਡੈਕਸ ਹੈ 2022 ਦਾ, ਇਹਦੇ ਵਿੱਚ ਟੋਟਲ ਕੰਟਰੀਆਂ 193 ਆ, ਇਹ ਯਾਦ ਨਹੀਂ ਕਰਨੀਆਂ, ਇਸ ਲਈ ਸਮਝਣੀਆਂ। 2021 ਦੇ ਵਿੱਚ ਆਹ ਚੀਜ਼ ਜ਼ਰੂਰ ਕਰ ਦਿਓ, ਕਿਉਂਕਿ ਬੱਚੇ ਬਾਅਦ ਵਿੱਚ ਕਹਿੰਦੇ ਆ ਸਰ ਜੀ ਕਿ ਕਰੰਟ ਫਿਰ 2021 ਵਾਲੇ ਚੱਕ ਕੇ ਪਾਤੇ, ਉਹਦਾ ਕਾਰਨ ਇਹ ਹੁੰਦਾ ਕਿ ਤਾਂ ਕਰਕੇ ਚੱਕ ਕੇ ਪਾਏ ਜਾਂਦੇ ਹੁੰਦੇ ਆ, ਤਾਂ ਕਰਕੇ ਮੈਂ ਇਸ ਵਾਰ TCS ਦੇ ਹਿਸਾਬ ਨਾਲ ਚੱਲ ਰਿਹਾ। ਜਿਹੜੇ ਕੈਂਡੀਡੇਟ ਨੇ ਰਾਜੇ ਕਰੰਟ ਫਿਰ ਕਰ ਲਏ, ਪਟਵਾਰੀ, BDO, ਕਲਰਕ, ਇਹ ਪੇਪਰ ਤਾਂ ਲੇਬਰ ਲੂਬਰ ਇੰਸਪੈਕਟਰ ਤਾਂ ਕੁਛ ਵੀ ਨਹੀਂ ਉਹਦੇ ਮੁਕਾਬਲੇ, ਠੀਕ ਹੈ ਜੀ, ਜੇਕਰ ਆਹ ਲੈਕਚਰ ਲਾ ਲੈਂਦੇ ਹੋ। ਅਤੇ ਇਹਦਾ ਦੇਖੋ 2021 ਦੇ ਵਿੱਚ ਰੈਂਕ 122ਵਾਂ ਰਿਹਾ, ਅਤੇ 2022 ਦੇ ਵਿੱਚ 108ਵਾਂ। ਟੋਪ 'ਤੇ ਪੁੱਛਿਆ ਜਾਊਗਾ, ਉਸ ਤੋਂ ਬਾਅਦ 'ਚ ਇੰਡੀਆ ਦਾ ਨਾਂ ਤਾਂ ਪੁੱਛਿਆ ਜਾਊਗਾ, ਇੰਡੀਆ ਦਾ ਰੈਂਕ ਕਿਵੇਂ ਰਿਹਾ ਹੈਗਾ 2021 ਜਾਂ 22 ਦਾ ਪੁੱਛ ਸਕਦੇ ਆ। ਸੋ ਤੁਸੀਂ ਪੁੱਛ ਸਕਦੇ ਕਿ ਟੋਪ 'ਤੇ ਕਿਹੜੀ ਕੰਟਰੀ ਰਹੀ ਹੈ, ਟੋਪ 'ਤੇ ਰਹੀ ਹੈ ਜੀ ਡੈਨਮਾਰਕ, ਦੂਜੇ 'ਤੇ ਨਾਰਵੇ, ਤੀਜੇ 'ਤੇ ਸਵਿਟਜ਼ਰਲੈਂਡ, ਠੀਕ ਹੈ ਜੀ। ਇਸ ਤੋਂ ਬਾਅਦ ਨੀਚੇ ਲਿਖਿਆ ਹੋਇਆ ਦੇਖੋ ਜੀ, ਇਹ ਚੀਜ਼ ਅਲੱਗ ਆ, ਆਹ ਲਿਸਟ ਅਲੱਗ ਆ, ਜਿਹੜੀ ਆਹ ਲਿਸਟ ਮੈਂ ਤੁਹਾਡੇ ਦੱਸਣਾ ਇਹ ਅਲੱਗ ਹੈ ਇੱਥੋਂ ਵਾਲੀ, ਆਹ ਵਾਲੀ। ਇਹਦੇ ਵਿੱਚ ਗਲੋਬਲ ਹਿਊਮਨ ਡਿਵਲਪਮੈਂਟ ਇੰਡੈਕਸ 2022 ਰਿਪੋਰਟ ਹੈ, ਇਹਦੇ ਵਿੱਚ ਇੰਡੀਆ ਦਾ ਰੈਂਕ 134ਵਾਂ ਗਾ, ਅਤੇ ਟੋਪ 'ਤੇ ਸਵਿਟਜ਼ਰਲੈਂਡ ਆ, ਦੂਜੇ 'ਤੇ ਨਾਰਵੇ, ਤੀਜੇ 'ਤੇ ਆਈਸਲੈਂਡ ਆ, ਠੀਕ ਹੈ ਜੀ। ਇੱਕ ਤਾਂ ਤੁਸੀਂ ਇਹ ਕਹਿੰਦਾ ਕਿ ਇੱਕ ਤਾਂ ਇੰਡੀਆ ਦਾ ਰੈਂਕ ਯਾਦ ਰੱਖਣਾ, ਇੱਕ ਟੋਪ 'ਤੇ ਜਿਹੜਾ ਪਹਿਲਾਂ ਹੋਊਗਾ ਉਹਦਾ ਨਾਂ ਯਾਦ ਰੱਖ ਲਿਓ। ਇੱਥੇ ਵੀ ਇੱਕ ਇੰਡੀਆ ਦੇ 2021 ਵਾਲਾ ਵੀ ਰੈਂਕ ਯਾਦ ਕਰਨਾ, 2022 ਵਾਲੇ ਵੀ ਰੈਂਕ ਯਾਦ ਕਰਨਾ, ਪਹਿਲ 'ਤੇ ਕਿਹੜਾ ਇਹ ਯਾਦ ਕਰ ਲਿਓ, ਸਾਰੇ ਨਾਂ ਯਾਦ ਕਰਨ ਦੀ ਲੋੜ ਨਹੀਂ ਹੁੰਦੀ ਆਪਾਂ ਨੂੰ। ਕਹਿੰਦੇ ਵਰਲਡ ਕੰਜ਼ੂਮਰ ਰਾਈਟ ਡੇ ਓਬਜ਼ਰਵ ਐਨੂਅਲੀ, ਕਹਿੰਦੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈਗਾ, ਇਹ ਆਪਾਂ ਤੋਂ ਪੁੱਛ ਰਹੇ ਨੇ ਜੀ। ਤਾਂ ਇਹ ਮਨਾਇਆ ਜਾਂਦਾ ਸੋਹਣਿਓ 15 ਮਾਰਚ ਨੂੰ, ਇਹ ਮਨਾਇਆ ਜਾਂਦਾ ਜੀ ਆਪਣਾ 15 ਮਾਰਚ ਨੂੰ, ਠੀਕ ਹੈ ਜੀ। ਚਲੋ
ਹੁਣ ਦੇਖੋ ਜੀ, ਇਹ ਆਪਾਂ ਕੰਜ਼ੂਮਰ ਡੇ ਦਾ ਆਪਾਂ ਨੂੰ ਪਤਾ ਲੱਗ ਗਿਆ ਕਿ ਕਦੋਂ ਮਨਾਇਆ ਜਾਂਦਾ, 15 ਮਾਰਚ। ਹੁਣ ਥੀਮ ਯਾਦ ਕਰ ਲਓ, ਦੇਖੋ ਜਿਹੜਾ 2024 ਦਾ ਕੰਜ਼ੂਮਰ ਡੇ ਦਾ ਥੀਮ ਹੈਗਾ ਉਹ ਹੈਗਾ ਫੇਅਰ ਐਂਡ ਰਿਸਪੋਂਸੀਬਲ AI ਫੋਰ ਕੰਜ਼ੂਮਰ। 2023 ਦਾ ਜਿਹੜਾ ਥੀਮ ਰਿਹਾ ਹੈਗਾ ਉਹ ਹੈਗਾ ਇੰਪਾਵਰਿੰਗ ਕੰਜ਼ੂਮਰ ਥਰੂ ਕਲੀਨ ਐਨਰਜੀ ਟਰਾਂਸੈਕਸ਼ਨ। ਹੁਣ ਇਹ ਤਾਂ ਹੈਗਾ ਜੀ ਇਹਨਾਂ ਦੋਨਾਂ ਦੇ ਥੀਮ, ਦੋਨੇ ਥੀਮ ਰਾਜ ਤੁਹਾਨੂੰ ਸਾਰੇ ਯਾਦ ਕਰਨ ਦੀ ਲੋੜ ਨਹੀਂ ਹੁੰਦੀ, ਮੇਨ ਮੇਨ ਇੱਕ ਵਾਰੀ ਸਮਝ ਜੇ ਲਿਆ ਕਰੋ ਥੀਮ ਕਿਵੇਂ ਹੈ, ਬਾਕੀ ਤੁਸੀਂ ਤਾਂ ਪਾਏ ਦੇਖੋਗੇ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜੂਗਾ ਉਹ ਚੀਜ਼ਾਂ ਦਾ। ਠੀਕ ਹੈ ਜੀ, ਇਹ ਹੁਣ ਇੱਕ ਜਦੋਂ ਬੰਦ ਕੰਜ਼ੂਮਰ ਡੇ ਦੀ ਗੱਲ ਕਰਨ ਲੱਗ ਗਏ ਆਪਾਂ, ਅਤੇ ਨਾਲ ਹੀ ਆਪਾਂ ਗੱਲ ਕਰ ਲਈਏ ਵਰਲਡ ਕਿਡਨੀ ਡੇ ਦੀ, ਇਹ 14 ਮਾਰਚ ਨੂੰ, ਅਤੇ ਕੱਲ੍ਹ ਵਰਲਡ ਕਿਡਨੀ ਡੇ ਦਿਵਸ ਆ ਜਿਹੜਾ ਉਹਦਾ ਥੀਮ ਕੀ ਹੈ, ਕਿਡਨੀ ਹੈਲਥ ਫੋਰ ਆਲ। ਠੀਕ ਹੈ ਜੀ, ਚਲੋ। ਭਾਰਤ ਅਤੇ ਬ੍ਰਾਜ਼ੀਲ ਦੇ ਵਿਚਕਾਰ ਪਹਿਲੀ ਸਿਆਸੀ ਅਤੇ ਫੌਜ ਦੀ ਵਾਰਤਾ ਕਿੱਥੇ ਹੋਈ ਹੈ? ਫਸਟ ਪੋਲੀਟੀਕਲ ਐਂਡ ਮਿਲਟਰੀ ਡਾਇਲੋਗ ਹੋਇਆ ਆਪਣਾ ਇੰਡੀਆ ਅਤੇ ਬ੍ਰਾਜ਼ੀਲ ਦਾ। ਠੀਕ ਹੈ ਜੀ, ਆਪਾਂ ਤੋਂ ਇਹ ਪੁੱਛ ਰਹੇ ਨੇ ਇਹ ਹੋਇਆ ਕਿੱਥੇ ਹੈ ਜੀ? ਇਹ ਹੋਇਆ ਨਿਊ ਦਿੱਲੀ ਦੇ ਵਿੱਚ, ਇਹ ਹੋਇਆ ਨਿਊ ਦਿੱਲੀ ਦੇ ਵਿੱਚ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਕਹਿੰਦੇ ਜੀ ਤੁਸੀਂ ਹੁਣੇ ਹੁਣੇ PV ਸ਼ਬਦ, ਠੀਕ ਹੈ ਜੀ, ਇਹ ਹੁਣੇ ਹੁਣੇ ਇੱਕ ਤੁਸੀਂ ਨਿਊਜ਼ ਦੇ ਵਿੱਚ ਸੁਣੀ ਹੋਣੀ ਇਹ ਚੀਜ਼। ਠੀਕ ਹੈ ਜੀ, ਇਹ ਪਲੇਟਫਾਰਮ ਜਿਹੜਾ ਲਾਂਚ ਕੀਤਾ ਗਿਆ PV ਸ਼ਬਦ, ਇਹ ਕਿਹੜੀ ਸੰਸਥਾ ਦੁਆਰਾ ਲਾਗੂ ਲਾਂਚ ਕੀਤਾ ਗਿਆ? ਇਹਨਾਂ ਦੇ ਵਿੱਚੋਂ ਆਪਾਂ ਤੋਂ ਇਹੀ ਪੁੱਛ ਰਹੇ ਨੇ। ਤਾਂ ਇਹ ਲਾਂਚ ਕੀਤਾ ਗਿਆ ਜੀ ਪ੍ਰਸਾਰ ਭਾਰਤੀ ਦੁਆਰਾ। ਹੁਣ ਪ੍ਰਸਾਰ ਭਾਰਤੀ ਬਾਰੇ ਇੱਕ ਤੁਹਾਨੂੰ ਮੈਂ ਪਹਿਲਾਂ ਚੀਜ਼ ਦੱਸ ਕੇ ਹਟਿਆ ਕਿ ਇਹਦਾ ਕਿਸ ਨੂੰ ਪ੍ਰੈਜੀਡੈਂਟ ਲਗਾਇਆ ਹੈਗਾ, ਉਹ ਪ੍ਰੈਜੀਡੈਂਟ ਦਾ ਨਾਂ ਤੁਸੀਂ ਕਮੈਂਟ ਦੇ ਵਿੱਚ ਦੱਸੋ ਕਿ ਕਿਹਨੂੰ ਲਾਇਆ ਪ੍ਰੈਜੀਡੈਂਟ। ਇਸੇ ਵੀਡੀਓ ਦੇ ਵਿੱਚ, ਇਸੇ ਕਰੰਟ ਅਫੇਅਰ ਦੇ ਵਿੱਚ ਤੁਹਾਨੂੰ ਕਰਵਾ ਕੇ ਗਿਆ ਹੋਇਆ ਮੈਂ ਕਰੰਟ ਅਫੇਅਰ, ਦੱਸੋ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਇੱਕ ਤੁਹਾਡੇ ਇਹਦੇ ਵਿੱਚ ਵੀ ਬਣ ਜਾਣਾ ਹੈਗਾ। ਕਹਿੰਦੇ ਜਿਹੜੀ ਗਲੋਬਲ ਮਥੀਨ ਟਰੈਕਟ 2024 ਦੀ ਰਿਪੋਰਟ ਹੈ, ਕੌਣ ਰਿਲੀਜ਼ ਕਰਦਾ ਹੈਗਾ? ਇਹ ਰਿਲੀਜ਼ ਕਰਦਾ ਜੀ IEA, ਇੰਟਰਨੈਸ਼ਨਲ ਐਨਰਜੀ ਏਜੰਸੀ। ਇਹ ਆ ਚੁੱਕਿਆ ਆਂਸਰ। ਠੀਕ ਹੈ, ਚਲੋ। ਕਹਿੰਦੇ ਦੁਨੀਆ ਦਾ ਫਸਟ 3D ਪ੍ਰਿੰਟਡ ਮਸਜਿਦ, ਦੁਨੀਆ ਦੀ ਪਹਿਲੀ 3D ਪ੍ਰਿੰਟਡ ਮਸਜਿਦ ਹੈ ਜਿਹੜੀ, ਇਹ ਕਿਹੜੀ ਕੰਟਰੀ ਦੇ ਵਿੱਚ ਬਣਾਈ ਗਈ ਹੈ? ਇਹ ਬਣਾਈ ਗਈ ਹੈ ਜੀ ਸਾਊਦੀ ਅਰੇਬੀਆ ਦੇ ਵਿੱਚ। ਸਾਊਦੀ ਅਰੇਬੀਆ ਦੇ ਵਿੱਚ ਦੁਨੀਆ ਦੀ ਪਹਿਲੀ 3D ਪ੍ਰਿੰਟਡ ਮਸਜਿਦ ਹੈ ਜਿਹੜੀ, ਉਹ ਬਣਾਈ ਗਈ ਹੈ। ਸੋਹਣੇ, ਚਲੋ। ਇਸ ਤੋਂ ਬਾਅਦ ਅਗਲਾ, ਕਹਿੰਦੇ ਜਿਹੜੀ ਰਣਜੀ ਟਰੋਫੀ 2023 ਅਤੇ 24 ਦਾ ਟਾਈਟਲ ਹੋਇਆ ਸੀ ਹੁਣੇ ਹੁਣੇ, ਠੀਕ ਹੈ ਜੀ, ਉਸ ਵਿੱਚ ਮੁੰਬਈ ਨੇ ਕਿਹੜੀ ਟੀਮ ਨੂੰ ਹਰਾਇਆ ਗਾ ਅਤੇ ਉਹ ਟਰੋਫੀ ਦਾ ਜਿਹੜਾ ਉਹ ਜਿੱਤ ਲਿਆ? ਠੀਕ ਹੈ ਜੀ, ਇਹ ਪੁੱਛ ਰਹੇ ਨੇ ਆਪਾਂ ਨੂੰ ਭਾਈ ਤੁਹਾਨੂੰ ਕੀ ਲੱਗਦਾ ਕਿਹੜੀ ਟੀਮ ਨੂੰ ਹਰਾਇਆ? ਮੈਚ ਮੂਚ ਦੇਖਦੇ ਹੋਊਗੇ ਤਾਂ ਇਹ ਹਰਾਇਆ ਜਿਹਨਾਂ ਨੇ ਬਿਦਰਬ ਨੂੰ। ਅਤੇ ਜੇਕਰ ਪੁੱਛ ਲੈਣ ਕਿ ਇਹ ਜਿਹੜੀ ਰਣਜੀ ਟਰੋਫੀ 2023 ਟਾਈਟਲ ਜਿੱਤਿਆ ਕਿਹਨੇ ਹੈ, ਉਹ ਮੁੰਬਈ ਨੇ ਜਿੱਤਿਆ। ਠੀਕ ਹੈ ਜੀ, ਕਿਹਨੂੰ ਹਰਾ ਕੇ? ਬਿਦਰਬ ਨੂੰ ਹਰਾ ਕੇ। ਦੋਨਾਂ 'ਚੋਂ ਪ੍ਰਸ਼ਨ ਜ਼ਿਆਦਾ ਹਾਰਿਆ ਪੁੱਛ ਸਕਦੇ ਆ ਜਾਂ ਜਿੱਤਿਆ ਪੁੱਛ ਸਕਦੇ ਆ। ਇਸ ਤੋਂ ਬਾਅਦ ਆਹ ਪ੍ਰਸ਼ਨ ਵੀ ਤੁਹਾਡੇ ਵਾਸਤੇ, ਸਾਰੇ ਪ੍ਰਸ਼ਨ ਮੈਂ ਤੁਹਾਨੂੰ ਦੱਸੀ ਜਾਂਦਾ ਕਿ ਜਿਹੜਾ ਕੁਛ ਵੀ ਕਰਵਾਈ ਜਾਂਦਾ ਇਹਨੂੰ ਹਲਕੇ 'ਚ ਨਾ ਲਿਓ ਬਸ ਜਮਾਂ। CBSE, ਜਿਵੇਂ ਆਪਣਾ PS ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆਫ, ਜਿਵੇਂ CBSE ਜਿਹਨੂੰ ਆਪਾਂ ਕਹਿੰਦੇ ਹਾਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ, ਇਹਨਾਂ ਨੇ ਆਪਦਾ ਚੇਅਰਪਰਸਨ ਹੁਣ ਨਿਯੁਕਤ ਕੀਤਾ ਭਾਈ ਸਾਹਿਬ। ਠੀਕ ਹੈ ਜੀ, ਅਤੇ ਇਹ ਚੇਅਰਪਰਸਨ ਜਿਹੜਾ ਨਿਯੁਕਤ ਕੀਤਾ ਹੈਗਾ ਇਹ ਕੌਣ ਕੀਤਾ, ਇਹ ਪੁੱਛ ਰਹੇ ਨੇ ਜੀ। ਇਹ ਕੀਤਾ ਆਪਣਾ ਰਾਹੁਲ ਸਿੰਘ, ਇਹ ਕੀਤਾ ਆਪਣਾ ਰਾਹੁਲ ਸਿੰਘ। ਇਹ ਨੰਬਰ ਆਪਸ਼ਨ ਆਪਣਾ ਬਿਲਕੁਲ ਰਾਈਟ ਆਨਸਰ ਹੈਗਾ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਆਹ ਬੁੱਕ ਹੈ ਇੱਕ, ਕੀ ਨਾਂ ਬੁੱਕ ਦਾ? ਇਜ਼ਰਾਈਲ ਵਾਰ ਡਾਇਰੀ। ਇਜ਼ਰਾਈਲ ਦੀ ਤੁਹਾਨੂੰ ਪਤਾ ਜੰਗ ਲੱਗੀ ਸੀ, ਉਹਦੇ ਵਿੱਚ ਜਿਹੜੀ ਵਾਰ ਹੋਈ ਹੈ ਉਹਦੇ 'ਤੇ ਕੀ ਉੱਥੋਂ ਦੇ ਨਾਗਰਿਕਤਾ 'ਤੇ, ਕੀ ਉੱਥੋਂ ਦੇ ਟੈਂਪਰੇਚਰ 'ਤੇ, ਕੀ ਉੱਥੋਂ ਦੇ ਇਨਵਾਇਰਮੈਂਟ 'ਤੇ ਉਹ ਚੀਜ਼ ਦੱਸ ਰਿਹਾ ਹੈਗਾ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਦੱਸੀਆਂ ਗਈਆਂ ਬੁੱਕ ਦੇ ਵਿੱਚ। ਇਹ ਬੁੱਕ ਕਹਿੰਦੇ ਰਿਲੀਜ਼ ਕੀਤੀ ਹੈ ਰਾਜੇ, ਠੀਕ ਹੈ ਜੀ, ਲਿਖੀ ਕਿਹਦੇ ਦੁਆਰਾ ਗਈ ਹੈ? ਲਿਖੀ ਗਈ ਹੈ ਜੀ ਇਹ ਵਿਸ਼ਾਲ ਪਾਂਡੇ ਦੁਆਰਾ।
ਇਹਨੂੰ ਰਿਲੀਜ਼ ਕਿਹਨੇ ਕੀਤਾ? ਇਹਦਾ ਮਤਲਬ ਜੇ ਰਿਲੀਜ਼ ਦੀ ਗੱਲ ਹੋ ਰਹੀ ਹੈ ਕਿਸੇ ਬੰਦੇ ਨੇ ਤਕੜੇ ਨੇ ਕੀਤਾ ਹੋਣਾਗਾ, ਅਨੁਰਾਗ ਸਿੰਘ ਠੋਕਰ, ਠੀਕ ਹੈ ਜੀ। ਜ਼ਿਆਦਾਤਰ ਇਹਦਾ ਚਾਂਸ ਹੈਗਾ ਆਹ ਪ੍ਰਸ਼ਨ ਪੁੱਛਣ ਦਾ ਕਿ ਇਹਦੇ ਬੁੱਕ ਦਾ ਰਾਈਟਰ ਕੌਣ ਹੈਗਾ। ਰਿਲੀਜ਼ ਤੋਂ ਬਹੁਤ ਘੱਟ ਪ੍ਰਸ਼ਨ ਪੁੱਛੇ ਜਾਂਦੇ ਆ, ਜਿੱਥੇ ਮੋਦੀ ਸਾਹਿਬ ਆ ਗਏ ਉੱਥੇ ਰਿਲੀਜ਼ ਤੋਂ ਪ੍ਰਸ਼ਨ ਪੁੱਛਿਆ ਜਾ ਸਕਦਾ ਹੈਗਾ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਡੀ ਜੀ ਪੀ ਲਾਤਾ ਜੀ, ਡੀ ਜੀ ਪੀ ਲਾਤਾ ਕਿਹਨੂੰ? ਸੁਰਿੰਦਰ ਯਾਦਵ ਨੂੰ। ਕਹਿੰਦੇ ਕਿਹੜੀ ਸਟੇਟ ਜਾਂ ਯੂਟੀ ਦਾ ਇਹਨਾਂ ਨੂੰ ਲਾਤਾ ਡੀ ਜੀ ਪੀ? ਕਿਹੜੀ ਸਟੇਟ ਦਾ ਯੂਟੀ ਦਾ ਇਹਨੂੰ ਡੀ ਜੀ ਪੀ ਲਾਤਾ? ਤਾਂ ਇਹ ਪ੍ਰਸ਼ਨ ਬਣ ਗਿਆ ਜੀ ਆਪਣਾ, ਇਹ ਲਾਤਾ ਜੀ ਜੰਮੂ ਕਸ਼ਮੀਰ ਦਾ। ਤੁਹਾਨੂੰ ਪਤਾ ਹੈਗਾ ਕਿਤੇ ਵੀ ਲੱਦਾਖ ਜਾਂ ਜੰਮੂ ਕਸ਼ਮੀਰ ਰਿਲੇਟਡ ਪ੍ਰਸ਼ਨ ਆ ਜੇ, ਉਹ ਬਹੁਤ ਹੀ ਜ਼ਿਆਦਾ ਹਾਈਲਾਈਟਡ ਪ੍ਰਸ਼ਨ ਹੁੰਦਾ ਗਾ, ਜਿਹੜਾ ਆਪਣੇ ਵਾਸਤੇ ਕਹਿਣ ਦਾ ਮਤਲਬ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਗਾ। ਹੁਣ ਜੀ ਇਦੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ, ਠੀਕ ਹੈ ਜੀ। ਇਹ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਹੈਗਾ। ਕਹਿੰਦੇ ਹੁਣੇ ਹੁਣੇ ਹੀ ਇੱਕ ਕਮੇਟੀ ਬਣਾਈ ਗਈ ਹੈ, ਸੰਵਿਧਾਨਕ ਕਮੇਟੀ ਹੈ, ਜਿਹਦੇ ਵਿੱਚ ਕਿਹਾ ਗਿਆ ਹੈਗਾ ਵਨ ਨੇਸ਼ਨ ਵਨ ਇਲੈਕਸ਼ਨ ਸਬਮਿਟਡ ਇਟਸ ਰਿਪੋਰਟ। ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਕਿ ਜਿਹੜੀ ਆਪਣੇ ਦੇਸ਼ ਦੇ ਵਿੱਚ ਵੋਟਾਂ ਪੈਂਦੀਆਂ ਗੀਆਂ ਆਪਣੇ ਸਾਰੇ ਦੇਸ਼ ਦੇ ਵਿੱਚ, ਉਹ ਇੱਕ ਇਲੈਕਸ਼ਨ ਦੁਆਰਾ ਹੀ ਪੈਣੀਆਂ ਚਾਹੀਦੀਆਂ ਗੀਆਂ। ਜਿਹੜੀ ਕਮੇਟੀ ਹੈਗਾ ਕਹਿੰਦੇ ਇਹਦਾ ਚੇਅਰਪਰਸਨ ਲਾਇਆ ਗਿਆ, ਚੇਅਰਪਰਸਨ ਕਿਹਨੂੰ ਲਾਇਆ ਗਿਆ, ਕਾਰਨ ਦੱਸੋ, ਤੁਹਾਨੂੰ ਦੱਸਦਾ। ਹੁਣ ਤੁਹਾਨੂੰ ਪਤਾ ਸੋਹਣੇ ਹੋ, ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਹੁਣ ਵਿਧਾਨ ਸਭਾ ਦੀਆਂ ਵੋਟਾਂ ਪਈਆਂ ਗਈਆਂ, ਠੀਕ ਹੈ ਜੀ, ਉਹ ਇੱਦੋਂ ਕਿੰਨਾ ਪਈਆਂ? 2022 ਦੇ ਵਿੱਚ ਸਰਕਾਰ ਬਣੀ ਹੈ, ਠੀਕ ਹੈ ਜੀ, 22 ਦੇ ਵਿੱਚ ਜਿਹੜੀਆਂ ਹੁਣ ਮੋਦੀ ਵਾਲੀਆਂ ਵੋਟਾਂ ਗੀਆਂ, ਇਹ ਪੈ ਇਹਦਾ ਇਹ ਹੁਣ 2024 'ਚ ਪੈਣਗੀਆਂ। ਕਿ ਇਹ ਸਾਰੀਆਂ ਜੇ ਇੱਕ ਇਕੱਠੀਆਂ ਪੈਣ, ਕਿਉਂਕਿ ਖਰਚਾ ਤਾਂ ਹੋਣਾ ਹੀ ਹੋਣਾ ਗਾ, ਬਜਟ ਤਾਂ ਹੋਣਾ ਹੀ ਹੋਣਾ ਗਾ, ਸਾਰੀ ਮਿਹਨਤ ਵੀ ਕਰਨੀ ਪੈਂਦੀ ਹੈ ਕਿ ਸਾਰੇ ਦੇਸ਼ ਦੇ ਵਿੱਚ ਇੱਕੋ ਟਾਈਮ 'ਤੇ ਵੋਟਾਂ ਪੈਣ, ਉਹ ਗੱਲ ਕਰ ਰਹੇ ਨੇ ਇਹ, ਠੀਕ ਹੈ ਜੀ। ਅਤੇ ਤਾਂ ਕਰਕੇ ਕਮੇਟੀ ਬਣਾਈ ਹੈ, ਇਹ ਕਮੇਟੀ ਦਾ ਜਿਹੜਾ ਚੇਅਰਪਰਸਨ ਲਾਇਆ ਉਹ ਲਾਏ ਨੇ ਰਾਮਨਾਥ ਕੋਵਿੰਦ ਜੀ ਨੂੰ, ਠੀਕ ਹੈ ਜੀ। ਚਲੋ ਹੁਣ ਰਾਜੇ ਆਪਾਂ ਥੋੜ੍ਹੀਆਂ ਜਿਹੀਆਂ ਇੱਕ ਦੋ ਗੱਲਾਂ ਕਰ ਲੈਂਦੇ ਹਾਂ। ਗੱਲਾਂ ਇਹ ਆ ਰਾਜੇ, ਬਹੁਤ ਬੱਚਿਆਂ ਦਾ ਪ੍ਰਸ਼ਨ ਹੁੰਦਾ ਜੀ, ਹੁਣ ਅਸੀਂ ਤਿਆਰੀ ਕਰ ਸਕਦੇ ਹਾਂ ਪੰਜਾਬ ਪੁਲਿਸ ਦੀ ਜਾਂ ਕਿਸੇ ਪੇਪਰ ਦੀ? ਰਾਜੇ ਪੰਜਾਬ ਪੁਲਿਸ ਦੀ ਤਿਆਰੀ ਤੁਸੀਂ ਬੇਸ਼ੱਕ ਕਰ ਸਕਦੇ ਹੋ, ਤੁਹਾਡੇ ਕੋਲ ਟਾਈਮ ਹੈਗਾ। ਬੈਚ ਦੇ ਵਿੱਚ ਰਾਜੇ ਸਿਰਫ ਉਹੀ ਕੈਂਡੀਡੇਟ ਆਇਓ ਜਿਹੜੇ ਦਿਨ ਦੇ ਵਿੱਚ ਘੱਟੋ ਘੱਟ 5 ਤੋਂ 6 ਘੰਟੇ, ਵੱਧ ਤੋਂ ਵੱਧ 8 ਤੋਂ 9 ਘੰਟੇ ਪੜ੍ਹ ਸਕਦੇ ਆ। ਇਹ ਕੋਈ ਮੈਂ ਮਜ਼ਾਕ ਦੀ ਗੱਲ ਨਹੀਂ ਕਹਿ ਰਿਹਾ ਸੋਹਣੇ, ਮੇਰਾ ਉਹ ਕੰਮ ਨਹੀਂ ਹੈਗਾ ਕਿ ਤੁਹਾਨੂੰ ਮੈਂ ਬੈਚ ਦੇਵਾਂ ਅਤੇ ਬਾਅਦ ਵਿੱਚ ਤੁਹਾਨੂੰ ਪੁੱਛਾਂ ਵੀ ਨਾ। ਜਿਹੜਾ ਤੁਸੀਂ ਇੰਨਾ ਟਾਈਮ ਕੱਢ ਸਕਦੇ ਹੋ ਦਿਨ ਦੇ ਵਿੱਚ ਮਿਹਨਤ ਕਰ ਸਕਦੇ ਹੋ ਇੰਨੀ, ਠੀਕ ਹੈ ਜੀ, 4 ਘੰਟੇ ਵੀ ਚੱਲੋ, ਜੇ ਕੋਈ ਕੈਂਡੀਡੇਟ ਕੱਢਦਾ, ਕੋਈ ਬੱਚਾ ਕਿਸੇ ਜੋਬ 'ਤੇ ਲੱਗਿਆ ਵਾ, ਤਾਂ ਵੀ ਬਹੁਤਾ ਘੰਟਾ ਘੰਟਾ ਸਬਜੈਕਟ ਨੂੰ ਬਦਲ ਬਦਲ ਕੇ ਤੁਸੀਂ ਲਾ ਸਕਦੇ ਹੋ। ਫਿਰ ਤਾਂ ਰਾਜੇ ਤੁਹਾਡੇ ਪੇਪਰ ਸਾਰੇ ਕਲੀਅਰ ਹੋਣਗੇ, ਚਾਹੇ ਉਹ ਕਲਰਕ ਹੈ, ਚਾਹੇ ਪਟਵਾਰੀ ਹੈ, ਚਾਹੇ ਵੀਡੀਓ ਹੈ। ਜੇ ਬੈਚ ਲੈ ਕੇ ਮੁੜ ਕੇ ਉਹਦੇ ਵਿੱਚ ਦੇਖਣੇ ਨਹੀਂ ਹੈਗਾ ਕਿ ਕੀ ਹੈ, ਫਿਰ ਭਾਵੇਂ ਨਾ ਲਿਓ, ਠੀਕ ਹੈ ਜੀ, ਕਿਉਂਕਿ ਮੇਰਾ ਕੰਮ ਹੁੰਦਾ ਰਾਜੇ ਰਿਜ਼ਲਟ ਦੇਣਾ। ਮੈਂ ਪਹਿਲੇ ਦਿਨ ਤੁਹਾਨੂੰ ਕਿਹਾ ਕਿ ਮੈਂ ਸਿਰਫ ਸਾਲ ਦੇ ਵਿੱਚ 4 ਜਾਂ 5 ਬੈਚ ਹੀ ਲਾਂਚ ਕਰਦਾ ਹੁੰਦਾ ਸਾਰੇ ਸਾਲ ਦੇ ਵਿੱਚ, ਅਤੇ ਉਹਨਾਂ ਦਾ ਰਿਜ਼ਲਟ ਮੈਂ ਇੰਨਾ ਵਧੀਆ ਦੇਣਾ ਹੁੰਦਾ ਗਾ ਕਿ ਮੇਰੇ ਨਾਲੋਂ ਮੇਰੇ ਦੁੱਗਣਾ ਸਟ੍ਰੈਸ ਹੁੰਦਾ ਤੁਹਾਡੇ ਨਾਲੋਂ, ਠੀਕ ਹੈ। ਤਾਂ ਕਰਕੇ ਕਹਿਣਾ ਜਿਹੜਾ ਕੋਈ ਕਹਿੰਦੇ ਜੁਆਇਨ ਕਰੂਗਾ, ਚੰਗੀ ਤਰ੍ਹਾਂ ਜੁਆਇਨ ਕਰਕੇ ਰਾਜੇ, ਅਤੇ ਆਪਦਾ ਜਿੰਨਾ ਕੁਛ ਵੀ ਕਰਵਾਇਆ ਉਹਦਾ ਫਾਇਦਾ ਲਿਆ ਕਰੋ ਵੱਧ ਤੋਂ ਵੱਧ, ਠੀਕ ਹੈ ਰਾਜੇ। ਬਾਕੀ ਜਿੰਨਾ ਵੀ ਹੁਣ ਪ੍ਰਾਈਜ਼ ਚੱਲ ਰਿਹਾ ਰਾਜੇ, ਉਹ ਇੱਕ ਤਰ੍ਹਾਂ ਦਾ ਔਫਰ ਹੀ ਹੈਗਾ, ਠੀਕ ਹੈ ਜੀ। ਅੱਗੇ ਜਾ ਕੇ ਪ੍ਰਾਈਜ਼ ਹਾਈ ਹੋਣਗੇ, ਜੇ ਕੋਈ ਉਹਨੇ ਪਰਚੇਜ਼ ਕਰਨਾ ਚਾਹੁੰਦਾ ਜਲਦੀ ਜਲਦੀ ਕਰ ਸਕਦਾ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵਾਸਤੇ ਰਹੋ।